ਆ ਦੇਖੋ ਕਿਵੇਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ। ਜਿਹੜੀ ਕਣਕ ਲੋਕਾਂ ਨੂੰ ਸਪਲਾਈ ਕੀਤੀ ਜਾਣੀ ਸੀ, ਪਹਿਲਾਂ ਤਾਂ ਉਸਦੇ ਉੱਤੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਤੇ ਫਿਰ ਉਹ ਅੱਗੇ ਟਰੱਕਾਂ ਦੇ ਵਿੱਚ ਲੋਡ ਹੋ ਕੇ ਸਪਲਾਈ ਕੀਤੀ ਜਾਣੀ ਸੀ। ਪਰ ਇਸ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਅਬੋਹਰ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਗੋਦਾਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੋਟਰਾਂ ਚਲਾ ਕੇ ਪਹਿਲਾਂ ਤਾਂ ਕਣਕ ਦੀਆਂ ਬੋਰੀਆਂ ਦੇ ਉੱਤੇ ਪਾਣੀ ਛਿੜਕਿਆ ਗਿਆ। ਇਹ ਕਿਉਂ ਛਿੜਕਿਆ ਜਾ ਰਿਹਾ ਇਹ ਤਾਂ ਫਿਲਹਾਲ ਇਹੀ ਦੱਸ ਸਕਦੇ ਨੇ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਹੋ ਰਿਹਾ। ਹਾਲਾਂਕਿ ਅਜਿਹਾ ਇਸ ਲਈ ਵੀ ਕੀਤਾ ਜਾ ਸਕਦਾ ਹੈ ਕਿ ਜੋ ਕਣਕ ਦਾ ਵਜ਼ਨ ਹੈ ਉਸਨੂੰ ਵਧਾਇਆ ਜਾ ਸਕੇ ਅਤੇ ਸਰਕਾਰੀ ਗੋਦਾਮ ਨੂੰ ਜੋ ਹੈ ਉਹ ਚੂਨਾ ਲਗਾਇਆ ਜਾ ਸਕੇ। ਤਾਂ ਦੱਸ ਦਈਏ ਕਿ ਗੋਦਾਮ ਦੇ ਵਿੱਚੋਂ ਇਹ ਵੀਡੀਓ ਵਾਇਰਲ ਹੋਈ ਹੈ। ਕਿਸਾਨ ਆਗੂ ਮੌਕੇ ਦੇ ਉੱਤੇ ਪਹੁੰਚੇ ਤੇ ਉਹਨਾਂ ਨੇ ਸਾਰੇ ਹੀ ਇਸ ਘਟਨਾ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਵੀਡੀਓ ਜੋ ਹੈ ਉਹ ਵਾਇਰਲ ਕਰ ਦਿੱਤੀ ਹੈ। ਤਾਂ ਅਬੋਹਰ ਤੋਂ ਇਸ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਪਹਿਲਾਂ ਜੋ ਕਣਕ ਲੋਡ ਕੀਤੀ ਜਾਣੀ ਸੀ ਟਰੱਕ ਮੌਕੇ ਦੇ ਉੱਤੇ ਖੜ੍ਹੇ ਸੀ, ਉਸਨੂੰ ਪਹਿਲਾਂ ਤਾਂ ਪਾਣੀ ਦੇ ਨਾਲ ਖੂਬ ਗਿੱਲਾ ਕੀਤਾ ਜਾਂਦਾ, ਬੋਰੀਆਂ ਦਾ ਵਜ਼ਨ ਵਧਾਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਪਰ ਮੌਕੇ ਦੇ ਉੱਤੇ ਕਿਸਾਨ ਆਗੂਆਂ ਨੇ ਰੇਡ ਮਾਰੀ ਅਤੇ ਸਾਰੇ ਹੀ ਘਟਨਾਕ੍ਰਮ ਦਾ ਪਰਦਾ ਫਾਸ਼ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਰਾਤ BKU ਖੋਸਾ ਟੀਮ ਵੱਲੋਂ ਵਿਮਲ ਗਡਾਉਣ ਦੇ ਵਿੱਚ ਜਿਹੜਾ ਕਣਕ ਦੇ ਉੱਤੇ ਗੱਟੇ ਜਿਹੜੇ ਕਣਕ ਦੇ ਭਰੇ ਹੁੰਦੇ ਉਹਨਾਂ ਦੇ ਪਾਣੀ ਪਾ ਕੇ ਬੜਾ ਵੱਡਾ ਲੋਕਾਂ ਦੀ ਸਿਹਤ ਨਾਲ ਅਤੇ ਲੋਕਾਂ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਸੀ, ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਵੀਡੀਓ ਦੇ ਵਿੱਚ ਸਾਰਾ ਉਜਾਗਰ ਆ, ਕਿਵੇਂ ਪਾਣੀਆਂ ਨਾਲ ਉਹ ਜਿਹੜੇ ਕਣਕ ਦੇ ਗੱਟੇ ਆ ਉਹ ਗਿੱਲੇ ਕਰਕੇ ਕਿੱਡਾ ਵੱਡਾ ਅਬੋਹਰ ਦੇ ਵਿੱਚ ਧਾਂਦਲੀ ਹੋ ਰਹੀ ਹੈ। ਅਬੋਹਰ ਦਾ ਪ੍ਰਸ਼ਾਸਨ, ਮੈਂ DC ਮਾਂ ਫਾਜ਼ਿਲਕਾ ਨੂੰ ਬੇਨਤੀ ਕਰਾਂਗਾ, ਮੈਂ DFSC ਨੂੰ ਵੀ ਬੇਨਤੀ ਕਰਾਂਗਾ ਵੀ ਜਿਹੜੇ ਵੀ ਅਧਿਕਾਰੀ ਨੇ ਜਿਨ੍ਹਾਂ ਨੇ ਜਿਹੜੇ ਸਾਜਿਸ਼ ਦੇ ਵਿੱਚ ਸ਼ਾਮਿਲ ਨੇ, ਜਿਹੜੇ ਲੋਕ ਗਰੀਬ ਲੋਕਾਂ ਦੀ ਜਿਹੜੀ ਕਣਕ ਜਾਣੀ ਸੀ ਉਹਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ, ਕਣਕ ਨੂੰ ਗਿੱਲੀ ਕਰ ਕਰਕੇ, ਖਰਾਬ ਕਰ ਕਰਕੇ ਅਤੇ ਵਿੱਚੋਂ ਚੋਰੀ ਕਰ ਕਰਕੇ, ਕਿਉਂਕਿ ਮੌਕੇ 'ਤੇ ਟਰੱਕ ਵੀ ਬਾਹਰ ਖੜ੍ਹੇ ਆ, ਵੀਡੀਓ ਸਭ ਸਾਬਤ ਆ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਲੋਕਾਂ ਦੀ ਸਿਹਤ ਨਾਲ ਇਹਨਾਂ ਨੇ ਖਿਲਵਾੜ ਕੀਤਾ ਜਿਹੜੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਬਣਦਾ ਪਰਚਾ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਇਹ ਤਾਂ ਨਹੀਂ ਕੁਛ ਕਰਦਾ, ਮਜਬੂਰਨ ਫਿਰ ਸਾਨੂੰ ਕੜਾ ਐਕਸ਼ਨ ਲੈਣਾ ਪਊਗਾ, ਉਸਦਾ ਜ਼ਿੰਮੇਵਾਰ ਫਾਜ਼ਿਲਕਾ ਪ੍ਰਸ਼ਾਸਨ ਹੋਊਗਾ ਜੀ। ਧੰਨਵਾਦ ਜੀ। ਆ ਦੇਖੋ ਕਿਵੇਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ। ਜਿਹੜੀ ਕਣਕ ਲੋਕਾਂ ਨੂੰ ਸਪਲਾਈ ਕੀਤੀ ਜਾਣੀ ਸੀ, ਪਹਿਲਾਂ ਤਾਂ ਉਸਦੇ ਉੱਤੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਤੇ ਫਿਰ ਉਹ ਅੱਗੇ ਟਰੱਕਾਂ ਦੇ ਵਿੱਚ ਲੋਡ ਹੋ ਕੇ ਸਪਲਾਈ ਕੀਤੀ ਜਾਣੀ ਸੀ। ਪਰ ਇਸ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਅਬੋਹਰ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਗੋਦਾਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੋਟਰਾਂ ਚਲਾ ਕੇ ਪਹਿਲਾਂ ਤਾਂ ਕਣਕ ਦੀਆਂ ਬੋਰੀਆਂ ਦੇ ਉੱਤੇ ਪਾਣੀ ਛਿੜਕਿਆ ਗਿਆ। ਇਹ ਕਿਉਂ ਛਿੜਕਿਆ ਜਾ ਰਿਹਾ ਇਹ ਤਾਂ ਫਿਲਹਾਲ ਇਹੀ ਦੱਸ ਸਕਦੇ ਨੇ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਹੋ ਰਿਹਾ। ਹਾਲਾਂਕਿ ਅਜਿਹਾ ਇਸ ਲਈ ਵੀ ਕੀਤਾ ਜਾ ਸਕਦਾ ਹੈ ਕਿ ਜੋ ਕਣਕ ਦਾ ਵਜ਼ਨ ਹੈ ਉਸਨੂੰ ਵਧਾਇਆ ਜਾ ਸਕੇ ਅਤੇ ਸਰਕਾਰੀ ਗੋਦਾਮ ਨੂੰ ਜੋ ਹੈ ਉਹ ਚੂਨਾ ਲਗਾਇਆ ਜਾ ਸਕੇ। ਤਾਂ ਦੱਸ ਦਈਏ ਕਿ ਗੋਦਾਮ ਦੇ ਵਿੱਚੋਂ ਇਹ ਵੀਡੀਓ ਵਾਇਰਲ ਹੋਈ ਹੈ। ਕਿਸਾਨ ਆਗੂ ਮੌਕੇ ਦੇ ਉੱਤੇ ਪਹੁੰਚੇ ਤੇ ਉਹਨਾਂ ਨੇ ਸਾਰੇ ਹੀ ਇਸ ਘਟਨਾ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਵੀਡੀਓ ਜੋ ਹੈ ਉਹ ਵਾਇਰਲ ਕਰ ਦਿੱਤੀ ਹੈ। ਤਾਂ ਅਬੋਹਰ ਤੋਂ ਇਸ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਪਹਿਲਾਂ ਜੋ ਕਣਕ ਲੋਡ ਕੀਤੀ ਜਾਣੀ ਸੀ ਟਰੱਕ ਮੌਕੇ ਦੇ ਉੱਤੇ ਖੜ੍ਹੇ ਸੀ, ਉਸਨੂੰ ਪਹਿਲਾਂ ਤਾਂ ਪਾਣੀ ਦੇ ਨਾਲ ਖੂਬ ਗਿੱਲਾ ਕੀਤਾ ਜਾਂਦਾ, ਬੋਰੀਆਂ ਦਾ ਵਜ਼ਨ ਵਧਾਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਪਰ ਮੌਕੇ ਦੇ ਉੱਤੇ ਕਿਸਾਨ ਆਗੂਆਂ ਨੇ ਰੇਡ ਮਾਰੀ ਅਤੇ ਸਾਰੇ ਹੀ ਘਟਨਾਕ੍ਰਮ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਰਾਤ BKU ਖੋਸਾ ਟੀਮ ਵੱਲੋਂ
ਵਿਮਲ ਗਡਾਊਨ ਦੇ ਵਿੱਚ ਜਿਹੜਾ ਕਣਕ ਦੇ ਉੱਤੇ ਗੱਟੇ ਜਿਹੜੇ ਕਣਕ ਦੇ ਭਰੇ ਹੁੰਦੇ ਉਹਨਾਂ ਦੇ ਪਾਣੀ ਪਾ ਕੇ ਬੜਾ ਵੱਡਾ ਲੋਕਾਂ ਦੀ ਸਿਹਤ ਨਾਲ ਅਤੇ ਲੋਕਾਂ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਸੀ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਵੀਡੀਓ ਦੇ ਵਿੱਚ ਸਾਰਾ ਉਜਾਗਰ ਕਿਵੇਂ ਪਾਣੀਆਂ ਨਾਲ ਉਹ ਜਿਹੜੇ ਕਣਕ ਦੇ ਗੱਟੇ ਆ ਉਹ ਗਿੱਲੇ ਕਰਕੇ ਕਿੱਡਾ ਵੱਡਾ ਅਬੋਹਰ ਦੇ ਵਿੱਚ ਧਾਂਦਲੀ ਹੋ ਰਹੀ ਹੈ। ਅਬੋਹਰ ਦਾ ਪ੍ਰਸ਼ਾਸਨ, ਮੈਂ ਡੀ ਸੀ ਮੈਂ ਫਾਜ਼ਿਲਕਾ ਨੂੰ ਬੇਨਤੀ ਕਰਾਂਗਾ, ਮੈਂ ਡੀ ਐੱਫ ਐੱਸ ਸੀ ਨੂੰ ਵੀ ਬੇਨਤੀ ਕਰਾਂਗਾ ਵੀ ਜਿਹੜੇ ਵੀ ਅਧਿਕਾਰੀ ਨੇ ਜਿਨ੍ਹਾਂ ਨੇ ਜਿਹੜੇ ਸਾਜਿਸ਼ ਦੇ ਵਿੱਚ ਸ਼ਾਮਿਲ ਨੇ, ਜਿਹੜੇ ਲੋਕ ਗਰੀਬ ਲੋਕਾਂ ਦੀ ਜਿਹੜੀ ਕਣਕ ਜਾਣੀ ਸੀ ਉਹਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ, ਕਣਕ ਨੂੰ ਗਿੱਲੀ ਕਰਕੇ ਖਰਾਬ ਕਰਕੇ ਅਤੇ ਵਿੱਚੋਂ ਚੋਰੀ ਕਰਕੇ, ਕਿਉਂਕਿ ਮੌਕੇ 'ਤੇ ਟਰੱਕ ਵੀ ਬਾਹਰ ਖੜ੍ਹੇ ਆ, ਵੀਡੀਓ ਸਭ ਸਾਬਤ ਆ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਖਤ ਕਾਰਵਾਈ ਕੀਤੀ ਜਾਵੇ, ਜੋ ਲੋਕਾਂ ਦੀ ਸਿਹਤ ਨਾਲ ਇਹਨਾਂ ਨੇ ਖਿਲਵਾੜ ਕੀਤਾ ਜਿਹੜੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਬਣਦਾ ਪਰਚਾ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਇਹ ਤਾਂ ਨਹੀਂ ਕੁਛ ਕਰਦਾ, ਮਜਬੂਰਨ ਫਿਰ ਸਾਨੂੰ ਕੜਾ ਐਕਸ਼ਨ ਲੈਣਾ ਪਊਗਾ, ਉਸਦਾ ਜ਼ਿੰਮੇਵਾਰ ਫਾਜ਼ਿਲਕਾ ਪ੍ਰਸ਼ਾਸਨ ਹੋਊਗਾ ਜੀ। ਧੰਨਵਾਦ ਜੀ।